ਕਿਵੇਂ ਤੁਸੀਂ ਦੇਖ ਹੀ ਰਹੋ ਸਾਰਾ ਸ਼ਹਿਰ ਇਸ ਵੇਲੇ ਸ਼ੋਕਮਈ ਆ। ਕੱਲ੍ਹ ਦੇ ਉਸ ਹਾਦਸੇ ਬਾਅਦ ਜਿਹੜਾ ਬੱਸ ਨੂੰ ਅੱਗ ਲੱਗੀ ਤੀਰਥ ਯਾਤਰਾ 'ਤੇ ਗਈ ਨੂੰ, ਉਹਦੇ ਵਿੱਚ 10-11 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਔਰ ਬਾਕੀ ਕਾਫੀ ਜ਼ਖਮੀ ਵੀ ਆ। ਇੱਕ ਇੱਥੇ ਰਕੇਸ਼ ਸ਼ਰਮਾ ਅਰਜੀਤ ਵੀ ਸੀ, ਉਹਨਾਂ ਦੀ ਫੈਮਿਲੀ ਦੇ 3 ਮੈਂਬਰ ਚਲੇ ਗਏ, ਅੱਜ ਉਹਨਾਂ ਦੇ ਸੰਸਕਾਰ ਰੱਖਿਆ। ਸਵੇਰੇ ਇਸੇ ਦੁੱਖ ਨੂੰ ਮੰਨਦੇ ਹੋਏ ਵਪਾਰ ਮੰਡਲ ਨੇ ਵੀ 11 ਵਜੇ ਤੱਕ ਸਾਰਾ ਬੰਦ ਰੱਖਿਆ ਬਾਜ਼ਾਰ, ਔਰ ਹਰ ਕੋਈ ਇਸ ਜੋ ਦੁੱਖ ਦੀ ਘੜੀ ਆ ਉਹਦੇ 'ਚ ਜਿਹੜਾ ਸ਼ੋਕ ਸੰਤਪਤ ਪੂਰਾ ਪਰਿਵਾਰ ਆ ਉਹਦੇ ਨਾਲ ਖੜ੍ਹਾ ਆ। ਕੀਤਾ ਕੁਛ ਨਹੀਂ ਜਾ ਸਕਦਾ, ਇਹ ਪਰਮਾਤਮਾ ਦੀ ਲੀਲਾ ਆ, ਭਾਣਾ ਮੰਨਣਾ ਪੈਂਦਾ, ਪਰ ਪਰਿਵਾਰ ਦਾ ਬਹੁਤ ਬੁਰਾ ਹਾਲ ਆ। ਇੱਕੋ ਹੀ ਪਰਿਵਾਰ ਦੇ 3 ਮੈਂਬਰ ਚਲੇ ਗਏ, ਤੋ ਮੈਂ ਵੀ ਮੇਰੇ ਸਾਰੇ ਸਾਥੀ ਵੀ ਆਏ ਆ ਸਾਰੇ। ਪਰਮਾਤਮਾ ਅੱਗੇ ਇਹੀ ਪ੍ਰਾਰਥਨਾ ਕਰਦੇ ਕਿ ਉਹਨਾਂ ਨੂੰ ਹੌਸਲਾ ਦੇਵੇ ਔਰ ਵਿਛੜੀਆਂ ਆਤਮਾ ਨੂੰ ਜਿਹੜਾ ਆਪਣੇ ਚਰਨਾਂ 'ਚ ਬਹੁਤ ਦੁਖਦਾਇਕ ਹਾਦਸਾ ਜਿਹੜਾ ਵਾਪਰਿਆ ਵਰਿੰਦਾਵਨ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਬੱਸ ਵਿੱਚ ਬਹੁਤ ਦੁਖਦਾਈ ਘਟਨਾ ਆ ਇਹ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਦਾਂ ਹੋ ਜਾਣਾ ਆ। ਪਰਿਵਾਰ ਖੁਸ਼ੀ ਖੁਸ਼ੀ ਵਰਿੰਦਾਵਨ ਗਏ ਔਰ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਇਹ ਵੀ ਹੋ ਜੂਗਾ। ਪਰ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਵੀ ਹਾਂ, ਬਹੁਤ ਦੁੱਖ ਦੀ ਘੜੀ ਆ ਇਹ, ਪਰਮਾਤਮਾ ਉਹਨਾਂ ਨੂੰ ਹੌਸਲਾ ਦੇ ਇਹ ਦੁੱਖ ਦੀ ਘੜੀ ਬਰਦਾਸ਼ਤ ਕਰਨ ਦਾ ਔਰ ਆਪਣਾ ਜੀਵਨ ਜਿਹੜਾ ਉਹ ਪਹਿਲਾਂ ਦੇ ਵਾਂਗ ਜੀਣ। ਬਹੁਤ ਔਖਾ ਆ ਜਦੋਂ ਇੱਕ ਪਰਿਵਾਰ 'ਚੋਂ ਦੋ ਮੈਂਬਰ ਵੀ ਚਲੇ ਜਾਣ, ਉਹਨਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਆ। ਅਹਿਸਾਸ ਹੈ ਮਨ ਨੂੰ, ਮਨ ਦੁਖੀ ਹੈ, ਪਰ ਪ੍ਰਭੂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਪ੍ਰਭੂ ਦੇ ਕੋਲ ਗਏ ਆ ਅਤੇ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਿਆ ਉਹਨਾਂ ਨੇ। ਉਹਨੂੰ ਪਤਾ ਨਹੀਂ ਕਿਸ ਗੱਲ 'ਚ ਉਹਦੀ ਸੰਤੁਸ਼ਟੀ ਹੈ। ਇਹ ਪਰਮਾਤਮਾ ਦਾ ਭਾਣਾ ਆ ਜਿਹਨੂੰ ਮੰਨਣਾ ਪੈਂਦਾ ਆ ਔਰ ਸਾਰੇ ਮੰਨਦੇ ਆ। ਮੈਂ ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਦੇ ਨਾਲ ਖੜ੍ਹੀ ਹਾਂ ਔਰ ਉਹਨਾਂ ਨੂੰ ਹਮੇਸ਼ਾ ਹੀ ਜਦੋਂ ਵੀ ਕਿਤੇ ਜ਼ਰੂਰਤ ਪਏ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੀ ਹੂੰ। ਜਿਵੇਂ ਤੁਸੀਂ ਦੇਖ ਹੀ ਰਹੋ ਸਾਰਾ ਸ਼ਹਿਰ ਇਸ ਵੇਲੇ ਸ਼ੋਕਮਈ ਆ। ਕੱਲ੍ਹ ਦੇ ਉਸ ਹਾਦਸੇ ਬਾਅਦ ਜਿਹੜਾ ਬੱਸ ਨੂੰ ਅੱਗ ਲੱਗੀ ਤੀਰਥ ਯਾਤਰਾ 'ਤੇ ਗਈ ਨੂੰ, ਉਹਦੇ ਵਿੱਚ 10-11 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਔਰ ਬਾਕੀ ਕਾਫੀ ਜ਼ਖਮੀ ਵੀ ਆ। ਇੱਕ ਇੱਥੇ ਰਕੇਸ਼ ਸ਼ਰਮਾ ਅਰਜੀਤ ਵੀ ਸੀ, ਉਹਨਾਂ ਦੀ ਫੈਮਿਲੀ ਦੇ 3 ਮੈਂਬਰ ਚਲੇ ਗਏ, ਅੱਜ ਉਹਨਾਂ ਦੇ ਸੰਸਕਾਰ ਰੱਖਿਆ। ਸਵੇਰੇ ਇਸੇ ਦੁੱਖ ਨੂੰ ਮੰਨਦੇ ਹੋਏ ਵਪਾਰ ਮੰਡਲ ਨੇ ਵੀ 11 ਵਜੇ ਤੱਕ ਸਾਰਾ ਬੰਦ ਰੱਖਿਆ ਬਾਜ਼ਾਰ, ਔਰ ਹਰ ਕੋਈ ਇਸ ਜੋ ਦੁੱਖ ਦੀ ਘੜੀ ਆ ਉਹਦੇ 'ਚ ਜਿਹੜਾ ਸ਼ੋਕ ਸੰਤਪਤ ਪੂਰਾ ਪਰਿਵਾਰ ਆ ਉਹਦੇ ਨਾਲ ਖੜ੍ਹਾ ਆ। ਕੀਤਾ ਕੁਛ ਨਹੀਂ ਜਾ ਸਕਦਾ, ਇਹ ਪਰਮਾਤਮਾ ਦੀ ਲੀਲਾ ਆ, ਭਾਣਾ ਮੰਨਣਾ ਪੈਂਦਾ, ਪਰ ਪਰਿਵਾਰ ਦਾ ਬਹੁਤ ਬੁਰਾ ਹਾਲ ਆ। ਇੱਕੋ ਹੀ ਪਰਿਵਾਰ ਦੇ 3 ਮੈਂਬਰ ਚਲੇ ਗਏ, ਤੋ ਮੈਂ ਵੀ ਮੇਰੇ ਸਾਰੇ ਸਾਥੀ ਵੀ ਆਏ ਆ ਸਾਰੇ। ਪਰਮਾਤਮਾ ਅੱਗੇ ਇਹੀ ਪ੍ਰਾਰਥਨਾ ਕਰਦੇ ਕਿ ਉਹਨਾਂ ਨੂੰ ਹੌਸਲਾ ਦੇਵੇ ਔਰ ਵਿਛੜੀਆਂ ਆਤਮਾ ਨੂੰ ਜਿਹੜਾ ਆਪਣੇ ਚਰਨਾਂ 'ਚ। ਜੀਵਨ ਵਿੱਚ ਬਹੁਤ ਦੁਖਦਾਇਕ ਹਾਦਸਾ ਜਿਹੜਾ ਵਾਪਰਿਆ ਵਰਿੰਦਾਵਨ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਬੱਸ ਵਿੱਚ ਬਹੁਤ ਦੁਖਦਾਈ ਘਟਨਾ ਆ ਇਹ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਦਾਂ ਹੋ ਜਾਣਾ ਆ। ਪਰਿਵਾਰ ਖੁਸ਼ੀ ਖੁਸ਼ੀ ਵਰਿੰਦਾਵਨ ਗਏ ਔਰ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਇਹ ਵੀ ਹੋ ਜੂਗਾ। ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਵੀ ਹਾਂ,
ਬਹੁਤ ਦੁੱਖ ਦੀ ਘੜੀ ਆ ਇਹ। ਪਰਮਾਤਮਾ ਉਹਨਾਂ ਨੂੰ ਹੌਸਲਾ ਦੇ ਇਹ ਦੁੱਖ ਦੀ ਘੜੀ ਬਰਦਾਸ਼ਤ ਕਰਨ ਦਾ, ਔਰ ਆਪਣਾ ਜੀਵਨ ਜਿਹੜਾ ਉਹ ਪਹਿਲਾਂ ਦੇ ਵਾਂਗ ਜੀਣ। ਬਹੁਤ ਔਖਾ ਆ ਜਦੋਂ ਇੱਕ ਪਰਿਵਾਰ 'ਚੋਂ ਦੋ ਦੋ ਮੈਂਬਰ ਵੀ ਚਲੇ ਜਾਣ, ਉਹਨਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਆ। ਅਹਿਸਾਸ ਹੈ ਮਨ ਨੂੰ, ਮਨ ਦੁਖੀ ਹੈ, ਪਰ ਪ੍ਰਭੂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਪ੍ਰਭੂ ਦੇ ਕੋਲ ਗਏ ਆ ਅਤੇ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਿਆ ਉਹਨਾਂ ਨੇ। ਉਹਨੂੰ ਪਤਾ ਨਹੀਂ ਕਿਸ ਗੱਲ 'ਚ ਉਹਦੀ ਸੰਤੁਸ਼ਟੀ ਹੈ। ਇਹ ਪਰਮਾਤਮਾ ਦਾ ਭਾਣਾ ਆ ਜਿਹਨੂੰ ਮੰਨਣਾ ਪੈਂਦਾ ਆ, ਔਰ ਸਾਰੇ ਮੰਨਦੇ ਆ। ਮੈਂ ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਦੇ ਨਾਲ ਖੜ੍ਹੀ ਹਾਂ, ਔਰ ਉਹਨਾਂ ਨੂੰ ਹਮੇਸ਼ਾ ਹੀ ਜਦੋਂ ਵੀ ਕਿਤੇ ਜ਼ਰੂਰਤ ਪਏ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੀ ਹੁੰਦੀ।